ਅਸਲਾਮ ਵਾਲੇਕਮ ਜੀ। ਅੱਛਾ ਜੀ, ਇਹ 56,600 ਰੁਪਇਆ ਕਾਰੀ ਸਾਹਿਬ ਆਪਣੇ ਹੱਥ 'ਚ ਫੜੋ ਜੀ। ਇੱਕ ਮਦਰਸਾ ਇੱਕ ਮਸਜਿਦ ਬਣ ਰਹੀ, ਅਸੀਂ ਉੱਥੇ ਦੇਣ ਆਏ ਹਾਂ। ਇਹ ਪੈਸਾ ਕੋਈ ਮੇਰਾ ਨੀਗਾ, ਇਹ ਪੈਸਾ ਉਹ ਆ ਜਿਹਦੇ ਲਈ ਮੈਂ ਵੀਡੀਓ ਬਣਾਈ ਸੀ ਇੱਕ ਸਿਸਟਰ ਲਈ ਕਿ ਉਹਦੀ ਵਾਲਦਾ ਦੇ ਦਿਲ ਦਾ ਆਪਰੇਸ਼ਨ, ਅਸੀਂ ਪੈਸੇ ਉਹਨੂੰ ਦੇਣੇ ਆ। ਸਾਡੀ ਵੀਡੀਓ ਚੱਲੀ ਜੀ 2 ਦਿਨ, ਸਿਰਫ 2 ਦਿਨ ਵੀਡੀਓ ਚੱਲੀ। ਲੋਕਾਂ ਦੀ ਮੁਹੱਬਤ ਦੇਖੋ, ਕਿਸੇ ਨੇ 1 ਰੁਪਈਆ, 5 ਰੁਪਈਏ, 100 ਰੁਪਈਆ, 1,000 ਰੁਪਈਆ, 5,000 ਤੱਕ ਲੋਕਾਂ ਨੇ ਪੈਸੇ ਭੇਜ ਕੇ ਇਹ 56,600 ਰੁਪਈਆ 2 ਦਿਨਾਂ 'ਚ ਕਰ ਦਿੱਤਾ। ਮੈਂ ਉਸ ਲੜਕੀ ਨੂੰ ਪੁੱਛਿਆ ਕੋਈ ਆਪਦਾ ਸਬੂਤ ਦੇ, ਅਸੀਂ ਤੈਨੂੰ ਮਿਲ ਕੇ ਪੈਸੇ ਦੇਣੇ। ਉਹਨੇ ਕਿਹਾ ਮਦਦ ਕਰਨੀ ਤਾਂ ਜਾਇਜ਼ ਕਾਸ਼ ਕਰ ਦਿਓ, ਨਾ ਕੋ ਅਸੀਂ ਸਬੂਤ ਦੇ ਸਕਦੇ, ਨਾ ਅਸੀਂ ਮਿਲ ਸਕਦੇ ਹਾਂ। ਮੈਂ ਕਿੱਦਾਂ ਐਵੇਂ ਕਿਸੇ ਨੂੰ ਮੂੰਹ ਚੱਕ ਕੇ ਪੈਸੇ ਕਰਾ ਦੇਵਾਂ? ਇੱਥੇ ਫਰਾਡ ਬਹੁਤ ਚੱਲਦਾ। ਫਿਰ ਮੈਂ ਅਗਲੀ ਵੀਡੀਓ ਬਣਾਈ ਕਿ ਪੈਸੇ ਮੈਂ ਕਿੱਧਰ ਕਰਾਂ, ਤੇ 100 ਚੋਂ 90 ਕਮੈਂਟ ਇਹ ਆਏ ਕਿ ਭਾਈ ਕੋ ਮਸਜਿਦ ਜਿਹੜੀ ਤਮੀਰ ਹੋ ਰਹੀ ਉੱਥੇ ਦੇ ਦਿਓ। ਨਨਕਾਣਾ ਸਾਹਿਬ ਤੋਂ ਜੜਾਂ ਵਾਲੇ ਰੋਡ ਦੇ ਉੱਪਰ ਚੱਕ 35 ਲੱਗਦਾ ਇਹਨੂੰ ਨਜ਼ਦੀਕ ਜੀ, 36 ਚੱਕ ਦੇ, 236 ਚੱਕ ਦੇ ਨਜ਼ਦੀਕ ਇਹ ਮਸਜਿਦ ਦਾ ਵਿਊ ਤੁਸੀਂ ਦੇਖ ਰਹੇ ਹੋ। ਮਸਜਿਦ ਤਮੀਰ ਹੋ ਰਹੀ ਸੀ, ਮੈਨੂੰ ਇਹ ਨਜ਼ਰ ਆਈ, ਮੈਂ ਚੱਲ ਕੇ ਆਣ ਕੇ ਇਹ ਕਾਰੀ ਸਾਹਿਬ ਦੇ ਕੋਲੋਂ ਰਸੀਦ ਕਟਾਈ ਆ। ਇਹ ਕਾਰੀ ਸਾਹਿਬ ਨੂੰ 56,600 ਰੁਪਈਆ ਦੇ ਦਿੱਤਾ। ਇਹ ਜਿੰਨੇ ਕਿਸੇ ਨੇ 1 ਰੁਪਈਆ ਵੀ ਮੈਨੂੰ ਭੇਜਿਆ ਸੀ ਨਾ, ਉਸ ਕਲਮੇ ਦੀ ਕਸਮ, ਮੇਰੇ ਤੇ 1 ਪੈਸਾ ਵੀ ਹਰਾਮ ਆ। ਮੈਂ ਤੁਹਾਡਾ ਅੱਲਾ ਦੀ ਰਾਹ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ, ਇਹਦਾ ਸਿਲਾ ਮੈਨੂੰ ਰੱਬ ਨੇ ਦੇਣਾ, ਤੇ ਜਿਹਨੇ ਜਿਹਨੇ ਪੈਸੇ ਭੇਜੇ ਆ ਰੱਬ ਤੁਹਾਨੂੰ ਇਹਦਾ ਸਿਲਾ ਦੇਵੇ। ਤੇ ਮੈਂ ਬੜਾ ਸ਼ੁਕਰਗੁਜ਼ਾਰ ਆ ਆਪਣੇ ਫੈਨਾਂ ਦਾ, ਜਿਨ੍ਹਾਂ ਨੇ ਮੇਰੀ ਇੱਕ ਆਵਾਜ਼ ਤੇ ਇੰਨਾ ਵੱਡਾ ਸਟੈਪ ਲਿਆ 2 ਦਿਨਾਂ 'ਚ 56,000 ਰੁਪਈਆ। ਅੱਲਾ ਤੁਹਾਨੂੰ ਸਲਾਮਤ ਰੱਖੇ ਜੀ, ਜਜ਼ਾਕ ਅੱਲਾ।